अस्सलाम वालेकुम व्यूअर्स, उम्मीद करता हूँ आप सब खैर आफियत से होंगे। मैं हूँ जुनैर अशरफ और आज मैं मौजूद हूँ भाई जगह के पास। ठीक है, माल इनका आपको पहले चेक करवा चुका हूँ। एक इनके पास नुमाइश वाली बकरी है, ठीक है, जिस पे ये हल्का सा अपना शौक कर रहे हैं। और एक इनकी बड़ी चीज़ हम इंशाल्लाह 20 जुलाई 2020 को वो नज़र आएगी आपको फैसलाबाद कंपटीशन में। तो इंशाल्लाह ट्राई करेंगे, उसकी वीडियो भी आपको प्रोवाइड करें। अभी इसकी बकरी की क्वालिटीज़ वगैरह चेक करते हैं कि क्या सीन है। इंशाल्लाह टोटल आपको इस वीडियो में चेक करवाएंगे। ठीक है, ये बकरी पहले भी हमारी कुछ वीडियोज़ में आ चुकी है। कान इसका आपको, इसका कान देख के आपको अंदाज़ा हो गया होगा। ठीक है, तो ये चीज़ है जी। ठीक है, और अच्छा अस्सलाम वालेकुम सर। वालेकुम सलाम। ठीक है, पढ़ लो सर। अच्छा जगह भाई, ए बकरी दोबारा फिर दस दियो, हुन सून वाली है सुई हुई है? ये सून वाली है। सून वाली है जी। कितने महीने सर लेगी? तकरीबन इन्हें ले जाना 1.5 महीना। 1.5 महीना जी। ठीक है जी, ए दूध हजे भी दे रही है? दे रही है। ठीक है सर, ते एक आगे कितने सुए सू चुकी सर? आगे दो। दो सू चुकी है जी। माशाल्लाह जी, ये सर नुमाइशी बकरी है? हां जी सर। ये दसो दोस्तों नु, इन्हें कभी चोई तो बिल्कुल तुसी होनी है? ए चोई नु 8 के दिन हो गए, इथे आरएफ वाले चोई है, नेट ते भी आई हुई है। अच्छा जी, ਪਾਂਡਿਆ ਪੁੰਡਿਆ ਦੁੱਧ ਕੱਢ ਕੇ ਇਹਨੇ 17.5 ਕਿਲੋ ਦਾ ਦੁੱਧ ਕੀਤਾ ਇਹਨੇ। ਮਾਸ਼ਾਅੱਲਾ ਸੂਣ ਵਾਲੀ ਨੇ। ਹਾਂ ਠੀਕ ਹੈ ਜੀ, ਹਜੇ ਵੀ ਦੁੱਧ ਦੇ ਰਹੀ ਹੈ ਜੀ। ਤਕਰੀਬਨ 1.5 ਮਹੀਨਾ ਲੱਗੇਗਾ ਇਹਨੂੰ ਬੱਚੇ ਦੇਣ 'ਚ, ਅਤੇ ਦੁੱਧ ਹਜੇ ਵੀ ਦੇ ਰਹੀ ਹੈ। ਮਾਸ਼ਾਅੱਲਾ ਹੋ ਗਿਆ 8 ਦਿਨ ਚੋਈ ਹੈ। ਠੀਕ ਹੈ, ਠੀਕ ਹੈ ਸਰ। ਹਾਂ ਮੈਂ ਪਿੱਛੋਂ ਵੀ ਆਉਂਦਾ ਮੈਂ ਨਾ। ਠੀਕ ਹੈ, ਬਿਹਤਰ ਹੋ ਗਿਆ ਸਰ। ਅੱਛਾ ਸਰ, ਇਸ ਬੱਕਰੀ ਦੀਆਂ ਕੋਈ ਪੱਠਾਂ ਵਗੈਰਾ ਇਸ ਟਾਈਮ ਮਾਲ 'ਚ ਮੌਜੂਦ ਨੇ? ਨਹੀਂ, ਮੇਰੇ ਕੋਲ ਕੋਈ ਨਹੀਂ, ਇੱਥੇ ਨਾਲ ਮੇਰੇ ਮਕਸੂਦ ਦਾ ਮੁੰਡਾ ਉਹਦੇ ਕੋਲ ਫਿਰਦੀਆਂ ਦੋ ਪੱਠਾਂ ਅਤੇ ਇੱਕ ਦਾ ਬੱਕਰਾ। ਦੋਵੇਂ ਲਾਲ ਡੱਬੀਆਂ। ਅੱਛਾ, ਉਹ ਲੰਮੇ ਕੰਨ ਵਾਲੀਆਂ? ਲੰਮੇ ਕੰਨ ਵਾਲੀਆਂ ਦੀਆਂ ਧੀਆਂ। ਇਹਦੀਆਂ ਧੀਆਂ ਨੇ? ਹਾਂਜੀ। ਅੱਛਾ, ਉਹਨਾਂ ਦੀ ਸਾਨੂੰ ਦੱਸੋ ਕੋਈ ਤੁਸੀਂ ਕੋਈ ਡਿਮਾਂਡ ਕੀਤੀ ਸੀ ਕਦੀ ਉਹਨਾਂ ਦੀ? ਨਹੀਂ, ਅਜੇ ਤੱਕ ਉਹਦੇ ਨਾਲ ਮੇਰੀ ਕੋਈ ਨਹੀਂ ਹੋਈ। ਉਹਨਾਂ ਨੇ ਸ਼ਾਇਦ ਕੋਈ ਕੀਤੀ ਹੋਵੇ। ਠੀਕ ਹੈ, ਠੀਕ ਹੈ ਸਰ। ਉਹਨਾਂ ਨੂੰ ਮੋਲਸ਼ੋ ਲੱਗਾ ਸੀ ਪਹਿਲੇ? ਉਹ ਉਹਨਾਂ ਨੂੰ ਲੱਗਾ ਹੋਏਗਾ, ਲੇਕਿਨ ਮੇਰੇ ਨਾਲ ਸਾਂਝੀ ਹੈ, ਮੈਨੂੰ ਨਹੀਂ ਅਜੇ ਇਸ ਚੀਜ਼ ਦਾ ਪਤਾ। ਐਵੇਂ ਗਲਤ ਗੱਲ ਮੈਂ ਕਰਾਂ? ਬਿਹਤਰ ਹੋ ਗਿਆ। ਅੱਛਾ, ਇੱਕ ਹੋਰ ਚੀਜ਼ ਕਿ ਦੋਸਤ ਰਾਬਤਾ ਸਾਡੇ ਨਾਲ ਕੀਤਾ ਸੀ ਮੇਰੇ ਖਿਆਲ 'ਚ ਚੈਨਲ ਦੇ ਥਰੂ ਹੀ, ਉਹ ਕਹਿ ਰਹੇ ਸਾਨੂੰ ਪੱਠਾਂ ਚਾਹੀਦੀਆਂ, ਖੀਰੀਆਂ ਵਗੈਰਾ। ਉਹ ਮਿਲ ਜਾਣਗੀਆਂ? ਮਿਲ ਜਾਣਗੀਆਂ, ਸਾਰੀਆਂ ਪੱਠਾਂ ਖੀਰੀਆਂ ਹੀ ਹੈਗੀਆਂ ਨੇ ਵਿੱਚ। ਹਾਂ, ਇਹ ਖੀਰੀਆਂ ਆ ਇਹ ਪੱਠਾਂ ਤਕਰੀਬਨ ਜੀ ਪੱਠਾਂ ਮੇਰੇ ਕੋਲ ਹੈਗੀਆਂ 24। माल ਦਾ ਮੁੱਲ ਸਾਡਾ ਹੱਕ ਰੱਖੇ ਨਾ, ਆਪਦਾ ਦੇਵੇ ਨਾ। ਬਿਹਤਰ ਹੋ ਗਿਆ ਸਰ। ਹਾਂਜੀ, ਚਲੋ ਜਗੇ ਭਾਈ, ਇੱਕ ਦਫਾ ਆਪਣਾ ਨੰਬਰ ਬੋਲੋ ਪਹਿਲਾਂ। 0321-690-8847। 0321-690-8847। ਠੀਕ ਠੀਕ ਹੈ ਜੀ, ਇਹ ਚੀਜ਼ਾਂ ਜੀ ਇਹਨਾਂ ਕੋ ਮਾਸ਼ਾਅੱਲਾ। ਤੇ ਸਰ, ਇਸ ਟਾਈਮ ਬੱਕਰੀ ਤੁਹਾਡੇ ਕੋ ਇੱਥੇ ਇੱਕ ਮੌਜੂਦ ਹੈ ਵੱਡੀ ਨੁਮਾਇਸ਼ੀ? ਹਾਂਜੀ। ਦੂਸਰੀ ਕਿੱਧਰ ਗਈ? ਦੂਸਰੀ ਬੱਕਰੀ ਫੈਸਲਾਬਾਦ ਗਈ ਹੋਈ। ਠੀਕ ਹੈ, ਤੇ ਕਿੰਨੀ ਤਰੀਕ ਨੂੰ ਸਰ ਦਿਖਾ ਰਹੇ? 20 ਤਰੀਕ ਨੂੰ ਇਨਸ਼ਾਅੱਲਾ। ਠੀਕ ਹੈ ਸਰ, ਉਹ ਜਿਹੜਾ ਮੁਕਾਬਲਾ ਹੋ ਰਿਹਾ ਉਹ ਫੈਸਲਾਬਾਦ ਮਿਨ ਕੇ ਲੋਕਲ ਹੋ ਰਿਹਾ ਜਾਂ ਕਿਸੇ ਮਿਨ ਕੇ? ਨਹੀਂ, ਯੂਨੀਵਰਸਿਟੀ 'ਚ ਹੋ ਰਿਹਾ। ਕਿਹਦੇ ਨਾਲ ਮੁਕਾਬਲਾ ਤੁਹਾਡਾ ਹੋ ਰਿਹਾ? ਲਿਆਸ ਗੁੱਜਰ ਨਾਲ। ਠੀਕ ਹੈ, ਆਪਣੀ ਤੁਹਾਡੀ ਪਾਰਟੀ ਕਿਹੜੀ ਹੈ ਜੀ? ਸਾਡੀ ਦੂਸਰਾ ਲਿਆਕਤ। ਲਿਆਕਤ ਵਾਲੀ ਜੀ, ਲਿਆਕਤ ਵਾਲੀ ਪਾਰਟੀ ਕਸੂਰੀ ਵਾਲੀ ਤੁਹਾਡੀ? ਹਾਂਜੀ, ਲਿਆਕਤ ਕਸੂਰੀ ਵਾਲੀ, ਬਿੱਲੂ ਵਾਲੀ ਸਾਡੀ ਹੈ। ਠੀਕ ਹੈ ਸਰ, ਉਧਰ ਲਿਆਸ ਗੁਜਰ ਸਾਹਿਬ? ਉਧਰ ਲਿਆਸ ਗੁਜਰ ਹੈ। ਠੀਕ ਹੈ ਜੀ, ਚੰਗਾ ਮਿਨ ਕੇ ਟੱਕਰ ਹੋਏਗਾ ਜੀ ਇਨਸ਼ਾਅੱਲਾ, ਅੱਲਾ ਖੈਰ ਕਰੇਗਾ ਜੀ ਜਿਹਨੂੰ ਰੱਬ ਦੇਵੇ। ਬਿਲਕੁਲ ਜੀ, ਬਿਲਕੁਲ। ਠੀਕ ਹੈ ਸਰ, ਆਓ ਸਰ, ਥੋੜਾ ਜਿਹਾ ਸਾਨੂੰ ਬੱਕੀ ਦਾ ਝੋਲਾ ਅਜੇ ਰਹਿਣ ਦਿਓ, ਇਹਨੂੰ ਬੂ ਬੱਕੀ ਨੂੰ ਅੱਗੋਂ ਫੜਿਆ ਜੇ ਤੁਰੇ ਨਾ, ਕਿਉਂਕਿ ਤਸਵੀਰ ਵਗੈਰਾ ਇਹਦੀ ਲੈਣੀ ਆਪਾਂ ਅਜੇ। ਅਤੇ ਬਾਕੀ ਇਹ ਸਰ ਪੱਠਾਂ ਸਾਨੂੰ ਦਿਖਾ ਦਿਓ, ਕਿਉਂਕਿ ਅੱਜ ਕੱਲ੍ਹ ਸਾਰੀਆਂ ਖੀਰੀਆਂ ਬੈਠੀਆਂ ਬੁੱਠੀਆਂ। ਬਸ ਠੀਕ ਹੈ, ਤੁਸੀਂ ਦੱਸੀ ਜਾਓਗੇ ਆ ਪੱਠਾਂ ਨੇ। अच्छा जी, अभी ठीक है माशाल्लाह। एक ऐ चीज़ है जी, फरहान भाई गोटलैंड फार्म वाले भी इन्होंने को माल परचेज करके गए ने जी सर्दियों, 115 पट बाई कह रहे अभी डिलीवर की उन्होंने, तो माशाल्लाह ए क्वालिटी सारी उही सेम लैके गए ने भी। ठीक है जी, हाँ जी, साहिवाल बीतल है और पप्पू गुजर इनके अबू का नाम है। ठीक है, काफ़ी मशहूर भी, क्योंकि काफ़ी ज़्यादा दोस्त रिक्वेस्ट भी करते हैं ऐसे रेवड़ों की वीडियोज़ बनाया करें। अच्छा जगह भाई, टोटल किनी है वैसे होंगे? 20 पट्ठा इस टाइम? 24 पट्ठा। 24 खीरियां जी? खीरियां 24 है। क्रॉस नहीं हुई कोई भी? कोई भी नहीं हुई है जी। ठीक है जी, दोस्त शौक कर सकते हैं अपना। हाँ जी, ठीक है सर, नंबर ਤੁਹਾਡਾ ਲੈਤਾ ਜੀ, ਇਨਸ਼ਾਅੱਲਾ ਲੋਸ ਰابطਾ ਕਰਨਗੇ। ਬਾਕੀ ਇੱਕ ਗੱਲ ਹੋਰ ਦੱਸ ਦਿਓ ਕਿ ਫਰਹਾਨ ਭਾਈ ਤੁਹਾਡੇ ਕੋਲ ਲੈ ਕੇ ਗਏ ਸੀ ਪੱਠਾਂ? ਇਨਸ਼ਾਅੱਲਾ ਜੀ ਸਾਡੇ ਕੋਲੋਂ ਲਗਾ, ਉਹਨੂੰ ਪੁੱਛ ਕੇ ਦੇਖ ਲੈਣਾ। ਹਾਂ ਠੀਕ ਹੈ, ਕਿਉਂਕਿ ਅਸੀਂ ਸਿਰਫ ਦੋਸਤਾਂ ਨੂੰ ਦੱਸਣਾ ਚਾਹ ਰਹੇ ਹਾਂ ਕਿ ਉਹਨਾਂ ਦੀ ਇਦਾਂ ਦੀ ਮੀਨ ਕਿ ਪਸੰਦ ਆ, ਤੇ ਉਹ ਤੁਹਾਡੇ ਕੋਲ ਪੂਰੀ ਹੋਈ ਉਹਨਾਂ ਦੀ। ਹਾਂਜੀ, ਇੱਥੋਂ ਲਗਾ ਕੇ ਗਏ ਮੇਰੇ ਕੋਲੋਂ। ਠੀਕ ਹੈ ਜੀ, ਤੋ ਚਲੇ ਵੀਰਸ, ਵੀਡੀਓ ਐਂਡ ਕਰਤੇ ਹੈ, ਮਿਲਤੇ ਹੈ ਇਨਸ਼ਾਅੱਲਾ ਕੱਲ ਵਾਲੀ ਵੀਡੀਓ ਮੇ। ਅਭੀ ਇਨਕੀ ਨੁਮਾਇਸ਼ ਵਾਲੀ ਬੱਕਰੀ ਆਪਕੋ ਦਿਖਾਈ ਹੈ, ਦੂਧ ਤਕਰੀਬਨ ਇਸਨੇ 1.5 ਮਹੀਨਾ ਇਹ ਸੂਨ 'ਚ ਰਹਿੰਦਾ। ਠੀਕ ਹੈ, ਅਤੇ ਬੱਚੇ ਸਰ ਆਪ ਸ਼ੌਕ ਕਰੋਗੇ ਜਾਂ ਫਿਰ ਪਾਲ ਕੇ ਵੱਡੇ ਕਰਕੇ ਸੇਲ ਕਰਦੇ ਜੇ? ਇਹੋ ਜੀ ਬੱਕਰੀ ਦੇ ਬੱਚੇ ਤਾਂ ਰੱਖੀ ਦੇ ਵੀ ਗਾਂ, ਫਿਰ ਇੱਦਾਂ ਦਾ ਸ਼ਾਇਦ ਸ਼ੌਕ ਕਰ ਲਈਏ। ਸਹੀ ਹੈ, ਸਹੀ ਹੈ ਸਰ, ਬਿਹਤਰ ਹੋ ਗਿਆ। ਤੋ ਚਲੇ ਬਸ, ਵੀਡੀਓ ਐਂਡ ਕਰਤੇ, ਇਨਸ਼ਾਅੱਲਾ ਮਿਲਤੇ ਹੈ ਕੱਲ ਵਾਲੀ ਵੀਡੀਓ ਮੇ, ਤਬ ਤੱਕ ਲਈ ਅੱਲਾ ਹਾਫਿਜ਼ ਸਰ। और एक और आपको शख्सियत से मिलवाना है, क्योंकि हमारे चैनल वो पहले भी आ चुके हैं,
सरदार सरदार मोहम्मद ठीक है बाबा सरदार जाट जी। अस्सलाम वालेकुम सर। सर अज अगे भाई दा माल माशाल्लाह तुहाडे कोल है जी इस टाइम। हाँ जी तुहाडे कोल है जी। हाँ जी हाँ जी ठीक है। ਦੱਸੋ ਹੁਣ ਤੁਸੀਂ ਤਾਂ ਮਾਸ਼ਾਅੱਲਾ ਪੁਰਾਣੇ ਬੰਦੇ ਜੀ। ਹਾਂਜੀ ਹਾਂਜੀ ਇਹ ਆਪਣੇ ਨਵੇਂ ਤਾਂ ਨਹੀਂ ਹੈ ਤਾਂ ਵੀ ਪੁਰਾਣੇ ਨੇ ਲੇਕਿਨ ਲਵੇ ਨੇ। ਹਾਂਜੀ ਤੇ ਇਹਨਾਂ ਦਾ ਕਿਦਾਂ ਦਾ ਸ਼ੌਕ ਹੈ ਜੀ? ਇਹ ਸ਼ੌਕ ਬਹੁਤ ਚੰਗਾ ਜੀ। ਚੰਗੀ ਮਿਹਨਤ ਕਰਦੇ ਨੇ। ਮਿਹਨਤ ਬੜੀ ਕਰਦੇ ਨੇ। ਠੀਕ ਹੈ ਜੀ। ਜਿਵੇਂ ਸਰਦਾਰ ਸਾਹਿਬ ਕਮਾਈ ਵੀ ਹੁੰਦੀ ਪਰ ਹਾਲੇ ਕਮਾਈ ਤੇ ਰੱਜ ਗਏ ਜੀ। ਹਾਂਜੀ ਜੀ ਕਰੇ ਇਹ ਵੀ ਸ਼ੌਕ ਵਾਲੀ ਚੀਜ਼ ਹੈ ਜੀ। ਹਾਂਜੀ ਠੀਕ ਹੈ ਸਰ। ਹਾਂਜੀ ਠੀਕ ਹੈ। ਅੱਛਾ ਸਰ ਇਹ ਜਗੇ ਭਾਈ ਨੇ ਬੱਕਰੀਆਂ ਮਾਸ਼ਾਅੱਲਾ ਮਿਹਨਤ ਕੀਤੀ ਹੋਈ ਹੈ। ਹਾਂਜੀ ਤੁਸੀਂ ਵੀ ਇਹਨਾਂ ਨੂੰ ਕੋਈ ਟ੍ਰੇਨ ਟ੍ਰੂਨ ਕਰਦੇ ਜਾਂ ਕਰ ਲਿਖ ਉਸਤਾਦ ਜੀ ਇਹਨਾਂ ਦੇ? ਕਰ ਲਈ ਦੇ ਕਰਨ ਵਾਲਾ ਮੈਂ ਤੇ ਸਾਰੇ। ਹਾਂ ਉਸਤਾਦ ਹੈ ਠੀਕ ਹੈ। ਠੀਕ ਹੈ ਠੀਕ ਹੈ ਮਾਸ਼ਾਅੱਲਾ ਜੀ। ਉਹ ਭਾਈ ਉਧਰ ਵੀ ਦਿਖਾ ਰਹੇ ਨੇ ਬੱਕਰੀ ਠੀਕ ਹੈ। ਹਾਂਜੀ ਦੋ ਚੀਜ਼ਾਂ ਨੇ ਜੀ ਇਹਨਾਂ ਕੋ ਅੱਛੀਆਂ ਨੇ ਮਾਸ਼ਾਅੱਲਾ। ਅੱਛਾ ਆ ਜਾਗੇ ਭਾਈ ਇਹ ਬੱਕਰੀ ਦਾ ਕੀ ਸੀਨ ਹੈ? ਸੂਣ ਵਾਲੀ ਹੈ ਕਿ ਖਾਲੀ? ਸੂਈ ਹੋਈ ਹੈ ਖਾਲੀ ਖਾਲੀ। ਬੱਚੇ ਹੈਗੇ ਜੀ ਇਹਦੇ? ਨਹੀਂ ਬੱਚੇ ਬੱਚੇ ਠੀਕ ਹੈ ਜੀ। ਅੱਛਾ ਜੀ ਤੁਸੀਂ ਹੁਣ ਦੱਸੋ ਤੁਹਾਡੇ ਕੋਲ ਇਸ ਟਾਈਮ ਆਹੀ ਮੌਜੂਦ ਨੇ ਜਗਾ ਭਾਈ? ਹਾਂਜੀ ਜਗਾ ਹੋਰ ਕੋਈ ਬੰਦਾ ਨਹੀਂ ਮੌਜੂਦ? ਨਹੀਂ ਕੋਈ। ਠੀਕ ਹੈ ਜੀ ਤੇ ਇਹਨਾਂ ਦੇ ਨਾਲ ਤੁਸੀਂ ਵੀ ਆਪਣਾ ਸ਼ੌਕ ਕਰਦੇ? ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ। ਬਿਹਤਰ ਹੋ ਗਿਆ ਸਰ ਬਸ ਜੀ। तो चलें व्यूअर्स वीडियो एंड करते हैं ठीक है। अच्छे अच्छे रेवड़ आपको चेक करवा दिए और मज़ा आया आज की वीडियो बना के। इंशाल्लाह मिलते हैं कल वाली वीडियो में। तब तक के लिए अल्लाह हाफिज़ सर।